जिहड़ी अज दी हालात लग रही है, बीजेपी का चीफ मिनिस्टर वांगू काम कर रहे, हुण उहदा पूरा प्लान है कि किवें ना किवें मैं किसान संगो अंदोलन नूं किवें ना किवें उहदे ते प्रेशर पा के अंदोलन नूं कमज़ोर करां। मैं पुछना चाहुंदा कैप्टन साहब नूं, पंजाब पुलिस दे IG SPs SSPs ਕੀ ਕਰਦੇ ਆ ਦਿੱਲੀ, ਉਹ ਮੀਟਿੰਗਾਂ ਵਿੱਚ ਕੀ ਕਰਦੇ ਆ? ਮੀਟਿੰਗ ਕਿਸਾਨ ਜਥੇਬੰਦੀ ਅਤੇ ਸੈਂਟਰ ਸਰਕਾਰ 'ਚ ਹੈ ਅਤੇ ਮੀਟਿੰਗ ਵਿੱਚ ਬੈਠੇ ਹੁੰਦੇ ਆ IG ਪੰਜਾਬ ਪੁਲਿਸ ਦੇ, SSP ਪੰਜਾਬ ਪੁਲਿਸ ਦੇ। ਕਈ ਜਥੇਬੰਦੀਆਂ ਨੇ ਦੱਸਿਆ ਕਿ ਉਹਨਾਂ 'ਤੇ ਪ੍ਰੈਸ਼ਰ ਪਾ ਰਹੇ ਆ ਪੰਜਾਬ ਜਿਹੜੇ IG ਅਤੇ SSP ਕਿ ਸਮਝੌਤਾ ਕਰੋ। BJP ਦੇ ਅਮਿਤ ਸ਼ਾਹ ਜੀ ਦੇ ਪ੍ਰੈਸ਼ਰ ਥੱਲੇ ਹੁਣ ਕੇਸ ਰਜਿਸਟਰ ਕਰਨੇ ਸ਼ੁਰੂ ਕਰ ਦਿੱਤੇ ਕਿ ਜਿਹੜੀ ਐਜੀਟੇਸ਼ਨ ਹੈ ਇਹਦੇ ਡਿਮੋਰਲਾਈਜੇਸ਼ਨ ਆਏ। ਕੋਈ ਗੋਆ ਛਿੜਦਾ ਤਾਂ 307 ਦਾ ਪਰਚਾ ਹੋ ਜਾਂਦਾ। ਮੈਂ ਅੱਜ ਕੱਲ੍ਹ ਹਿੰਦੁਸਤਾਨ ਦੇ ਇਤਿਹਾਸ ਪਹਿਲੀ ਵਾਰ ਦੇਖਿਆ ਜੇ ਕੋਈ ਬਾਈਕਆਊਟ ਕਰਨ ਦਾ ਸੱਦਾ ਦਿੰਦਾ ਕਿਸੇ ਕਿਸੇ ਲੀਡਰ ਨਾਲ, ਉਹਦੇ 'ਤੇ ਤੁਸੀਂ ਦੇਸ਼ ਦਰੋਹੀ ਦਾ ਪਰਚਾ ਦੇ ਸਕਦੇ ਹੋ। ਜਿਹੜਾ ਸਿੰਗਰ ਕਿਸਾਨ ਨੈਸ਼ਨਲ ਐਂਥਮ ਬਣਾਉਂਦੇ ਆ ਉਹਨਾਂ ਨੂੰ ਤੁਸੀਂ ਪਰਚਾ ਦੇ ਕੇ ਅੰਦਰ ਕਰਦੇ ਹੋ। ਆ ਹੋ ਕੀ ਰਿਹਾ? ਰੋਜ਼ ਇਸ਼ਾਰਿਆਂ 'ਤੇ ਸੈਂਟਰ ਦੀ ਸਰਕਾਰ 'ਤੇ ਹੁਣ ਕੈਪਟਨ ਚੱਲਣ ਲੱਗਿਆ, ਕਿਉਂਕਿ ਕੈਪਟਨ ਸਾਹਿਬ ਦੀਆਂ ਕਮਜ਼ੋਰੀਆਂ ਸੈਂਟਰ ਦੇ ਹੱਥ 'ਚ ਹੈ, ਜੋਵੇਂ ਚਾਹੁੰਦੇ ਹੁਣ ਉਹ ਕੈਪਟਨ ਸਾਹਿਬ ਨੂੰ ਨਚਾਉਣ ਲੱਗ ਗਏ। ਕੈਪਟਨ ਸਾਹਿਬ, ਤੁਸੀਂ ਮੁੱਖ ਮੰਤਰੀ ਪੰਜਾਬ ਦੇ ਹੋ, ਆਹ ਜਿਹੜੇ ਕਿਸਾਨੀ ਅੰਦੋਲਨ ਪੰਜਾਬੀਆਂ ਦਾ ਅੰਦੋਲਨ ਹੈ, ਆਹ ਤਾਂ ਤੁਹਾਡਾ ਫਰਜ਼ ਬਣਦਾ ਸੀ ਅਗਵਾਈ ਕਰਨੀ, ਤੁਹਾਡਾ ਫਰਜ਼ ਬਣਦਾ ਸੀ ਲੜਾਈ ਲੜਨੀ, ਤੁਹਾਡਾ ਫਰਜ਼ ਬਣਦਾ ਸੀ ਸੈਕਰੀਫਾਈਸ ਦੇਣੀ, ਇਕੱਲੇ ਆਪਣੇ ਮਹਿਲ 'ਚ ਬਹਿ ਕੇ ਆਪਣੇ ਫਾਰਮ ਹਾਊਸ 'ਚ ਬਹਿ ਕੇ ਕੰਮ ਨਹੀਂ ਚੱਲਣਾ। ਮੈਂ ਪੁੱਛਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਦੀ ਕੀ ਰੋਲ ਰਿਹਾ? ਕੈਪਟਨ ਸਾਹਿਬ ਐਡਾ ਵੱਡਾ ਫਰੋਡ ਖੇਡਦੇ ਹੈ। ਪਹਿਲੀ ਗੱਲ ਮੈਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਕੈਪਟਨ ਸਾਹਿਬ ਜਵਾਬ ਦਿਓ ਮੈਨੂੰ, ਜਿਹੜੇ 3 ਕਾਨੂੰਨ ਤੁਸੀਂ ਜਿਹੜੇ ਸੈਂਟਰ ਦੇ ਕਿਸਾਨ ਜਥੇਬੰਦੀਆਂ ਨੇ ਜਿਹਦੇ ਸੰਘਰਸ਼ 'ਤੇ ਸੰਘਰਸ਼ ਕਰ ਰਹੇ ਹੈ, ਹਲੇ ਤੱਕ ਪੰਜਾਬ ਦਾ ਅਸੈਂਬਲੀ 'ਚ ਜਿਹੜਾ ਤੁਸੀਂ ਐਕਟ ਪਾਸ ਕੀਤਾ ਹੈ ਕਿਉਂ ਨਹੀਂ ਵਾਪਸ ਕੀਤਾ? ਤੁਸੀਂ ਹੈਰਾਨ ਰਹਿ ਜਾਓਗੇ, ਪੰਜਾਬ ਵਿੱਚ ਅਸੈਂਬਲੀ ਵਿੱਚ 3 ਐਕਟ ਪਾਸ ਕੀਤੇ ਕੈਪਟਨ ਨੇ 2017 ਵਿੱਚ। ਜੇ ਅੱਜ ਮੋਦੀ ਸਰਕਾਰ ਆ 3 ਕਾਨੂੰਨ ਵਾਪਸ ਵੀ ਲੈ ਲੈਂਦੀ ਹੈ, ਪੰਜਾਬ ਵਿੱਚ ਲਾਗੂ ਰਹਿਣਗੇ, ਕਿਉਂਕਿ ਕੈਪਟਨ ਸਾਹਿਬ ਨੇ ਅੱਜ ਤੱਕ ਵਾਪਸ ਨਹੀਂ ਕੀਤੇ। ਕੈਪਟਨ ਸਾਹਿਬ ਨੇ ਡਰਾਮਾ ਕੀਤਾ ਕਿ ਮੈਂ ਸੈਂਟਰ ਦੇ ਸਰਕਾਰ ਦੇ ਕਾਨੂੰਨਾਂ ਦੇ ਉੱਤੇ ਰੈਜ਼ੋਲੂਸ਼ਨ ਪਾਸ ਕਰਨਾ। ਤੁਸੀਂ ਹੈਰਾਨ ਰਹਿ ਜਾਓਗੇ, ਜਿਹੜੀ ਅਸੈਂਬਲੀ ਦੀ ਰੈਜ਼ੋਲੂਸ਼ਨ ਪਾਸ ਕੀਤੀ ਹੈ ਉਹ ਵੀ ਗਵਰਨਰ ਨੂੰ ਨਹੀਂ ਭੇਜੀ, ਆਪਣੇ ਕੋਲ ਹੀ ਦਫ਼ਤਰ 'ਚ ਪਈ ਰੱਖੀ। ਰੈਜ਼ੋਲੂਸ਼ਨ ਪਾਸ ਕਰਨ ਤੋਂ ਪਹਿਲੇ ਕੈਪਟਨ ਸਾਹਿਬ ਨੂੰ ਜੇ ਪਹਿਲੇ ਕੰਮ ਕਰਨਾ ਸੀ ਸੈਂਟਰ ਦੇ ਕਾਨੂੰਨ 'ਤੇ ਰੈਜ਼ੋਲੂਸ਼ਨ ਪਾਸ ਕਰਨ ਤੋਂ ਪਹਿਲੇ ਕੈਪਟਨ ਸਾਹਿਬ ਨੂੰ ਉਸ ਅਸੈਂਬਲੀ 'ਚ ਰੈਜ਼ੋਲੂਸ਼ਨ ਆਪਣਾ ਕੈਬਨਿਟ ਡਿਸੀਜਨ ਕਰਕੇ ਜਿਹੜੇ ਐਕਟ ਉਹਨਾਂ ਨੇ ਬਣਾਏ ਹੈ ਉਹ ਰੱਦ ਕਰਨੇ ਚਾਹੀਦੇ ਸੀ, ਨਹੀਂ ਕੀਤੇ। ਆ ਡਬਲ ਗੇਮ ਕਿਉਂ? ਕੈਪਟਨ ਸਾਹਿਬ ਮੈਂ ਚੈਲੰਜ ਕਰਦਾ, ਜੋ ਮੈਂ ਕਹਿ ਰਿਹਾ ਜੇ ਤੁਸੀਂ ਕਹੋ ਕਿ ਆਪਾਂ ਝੂਠ ਬੋਲ ਰਹੇ ਹਾਂ, ਕੀ ਤੁਹਾਡੇ ਚੋਣ ਪੱਤਰ 'ਚ 2017-19 ਦੇ ਚੋਣ ਪੱਤਰ 'ਚ ਜਦੋਂ ਰਾਹੁਲ ਗਾਂਧੀ ਦੇ ਚੋਣ ਪ੍ਰਧਾਨ ਮੰਤਰੀ ਬਣਾਉਣ ਦੀ ਜਿਹੜੀ ਇਲੈਕਸ਼ਨ ਸੀ, ਕੀ ਤੁਹਾਡੇ ਕਾਂਗਰਸ ਦੇ ਚੋਣ ਪੱਤਰ 'ਚ ਲਿਖਿਆ ਸੀ ਜਾਂ ਨਹੀਂ ਸੀ ਕਿ ਪ੍ਰਾਈਵੇਟ ਮੰਡੀਆਂ ਅਸੀਂ ਲਿਆਵਾਂਗੇ ਅਤੇ ਸਰਕਾਰੀ APMC ਮੰਡੀਆਂ ਨੂੰ ਅਸੀਂ ਰੱਦ ਕਰਾਂਗੇ? ਤੁਸੀਂ ਡਿਨਾਈ ਕਰੋ, ਜੇ ਤੁਹਾਡੇ ਕੋਲ ਹਿੰਮਤ ਹੈ ਤਾਂ ਦਿਖਾਓ ਆਪਣਾ ਚੋਣ ਪੱਤਰ ਜਿੱਥੇ ਨਹੀਂ ਲਿਖਿਆ ਸੀ। ਮੈਂ ਤੁਹਾਨੂੰ ਦਿਖਾਉਣਾ ਜਿੱਥੇ ਤੁਹਾਡੇ ਲਿਖਿਆ ਸੀ। ਕੀ ਤੁਸੀਂ ਆਪਣੇ ਵਿਧਾਨ ਸਭਾ ਦੇ ਚੋਣ ਪੱਤਰ ਵਿੱਚ ਜਿਹੜਾ ਤੁਸੀਂ 3 ਕਾਨੂੰਨਾਂ ਬਾਰੇ ਨਹੀਂ ਲਿਖਿਆ ਸੀ, ਤੁਸੀਂ ਸਾਰਾ 3 ਕਾਨੂੰਨਾਂ ਲਿਖਿਆ ਸੀ ਕਿ ਪ੍ਰਾਈਵੇਟ ਮੰਡੀਆਂ ਲੈ ਕੇ ਆਵਾਂਗੇ ਸਾਰਾ ਕੁਝ, ਅਤੇ ਹੁਣ ਕਿਉਂ ਡੋਗਲੀ ਖੇਡ ਕਰਦੇ ਹੋ? ਨਾਲੇ ਡੋਗਲੀ ਖੇਮ ਖੇਡਦੇ ਆ, ਨਾਲੇ ਹੁਣ ਪਰਚੇ ਦੇਣ ਲੱਗ ਗਏ, ਨਾਲੇ ਹੁਣ BJP ਦੀ ਇਸ਼ਾਰੇ 'ਤੇ ਚੱਲਣ ਲੱਗ ਗਏ। ਆ ਗੇਮ ਕੀ ਹੈ ਫਿਰ?
ਪੰਜਾਬ ਦੀ ਜਨਤਾ ਨਾਲ ਖਾਸ ਕਰਕੇ ਕਿਸਾਨਾਂ ਨਾਲ ਗਦਾਰੀ ਕਰਨ ਲੱਗੇ ਹੋ ਤੁਸੀਂ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਆਵਾਜ਼ ਹੈ, ਇੱਕੋ ਇੱਕ ਜਥੇਬੰਦੀ ਹੈ ਜਿਹੜੇ ਕਾਂਗਰਸ ਕਹਿੰਦੀ ਹੈ, ਦੂਜੇ ਲੋਕ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਕਿਸਾਨਾਂ ਬਾਰੇ ਕੀ ਨੇ ਕੀਤਾ। ਮੈਂ ਦੱਸਣਾ ਚਾਹੁੰਦਾ ਕਿਸਾਨੀ ਵਾਸਤੇ, ਪੰਜਾਬ ਦੀ ਕਿਸਾਨੀ ਵਾਸਤੇ ਜੋ ਅੱਜ ਹੈ ਕਿਸਾਨੀ, ਜੇ ਕੀਤਾ ਤਾਂ ਸਭ ਤੋਂ ਵੱਧ ਕੀਤਾ ਉਸਦਾ ਪ੍ਰਕਾਸ਼ ਸਿੰਘ ਜੀ ਬਾਦਲ ਨੇ ਕੀਤਾ। ਆਹ ਜਿਹੜੀ MSP ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਗਰੰਟੀ ਲੈਣ ਦੀ ਗੱਲ ਕਰ ਰਹੇ ਹਾਂ, ਆ MSP ਨੂੰ ਲਾਗੂ ਕਰਾਉਣ ਵਾਸਤੇ ਸਭ ਤੋਂ ਪਹਿਲੇ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਕੀਤਾ ਸੀ, ਅਤੇ 67 'ਚ ਜੇ MSP ਲਾਗੂ ਤਾਂ ਹੋਈ ਸੀ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਲਾਗੂ ਕਰਾਈ ਸੀ। ਜਿਹੜੇ ਅੱਜ ਪੰਜਾਬ ਦੇ ਕਿਸਾਨ ਡਰ ਗਏ ਆ ਕਿ ਮੰਡੀਆਂ ਸਿਸਟਮ ਸਾਡਾ ਖਤਮ ਹੋ ਜੂਗਾ, ਆ ਮੰਡੀ ਸਿਸਟਮ ਸ਼ੁਰੂਆਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਅਤੇ 90% ਜਿੰਨੀਆਂ ਮੰਡੀਆਂ ਪੰਜਾਬ 'ਚ ਬਣੀਆਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੀ ਸਰਕਾਰ ਦੇ ਦੌਰਾਨ ਬਣੀਆਂ ਹੈ। ਸੁਖਵੀਰ ਸਿੰਘ ਬਾਦਲ ਵੱਲੋਂ ਦਾਅਵਾ ਕੀਤਾ ਗਿਆ ਕਿ ਪੰਜਾਬ ਦੀ ਸਿਆਸਤ ਹਿਸਟਰੀ ਵਿੱਚ ਜੇ ਕੋਈ ਪੰਜਾਬ ਦਾ ਸਭ ਤੋਂ ਨਕੰਮਾ ਤੇ ਨਖਿੱਧ ਮੁੱਖ ਮੰਤਰੀ ਆ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੇ। ਕੀਤਾ ਕੀ ਹੈ? ਕੁਛ ਨਹੀਂ ਕੀਤਾ। ਪੰਜਾਬ ਦੇ ਸਭ ਤੋਂ ਨਿਕੰਮਾ, ਨਲਾਇਕ, ਨਿਖਿੱਧ ਮੁੱਖ ਮੰਤਰੀ ਜੇ ਕੋਈ ਹੋਇਆ ਹਿਸਟਰੀ ਕਹੂਗੀ, ਕੈਪਟਨ ਅਮਰਿੰਦਰ ਸਿੰਘ ਹੋਇਆ। ਹਾਲਾਂਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਬਾਦਲ ਸਾਹਿਬ ਖੁਦ ਵੀ ਮੀਡੀਆ ਕਰਮੀਆਂ ਦੇ ਸਵਾਲਾਂ ਦੇ ਘੇਰੇ ਵਿੱਚ ਘਿਰ ਗਏ। ਯਾਰ ਮੈਂ ਤੁਹਾਨੂੰ ਜਿਹੜਾ ਕਹਿ ਰਿਹਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਹੁਣ ਤੁਸੀਂ ਇਹਦੇ 'ਚ ਕੰਟਰੋਵਰਸੀ ਕ੍ਰੀਏਟ ਕਰਨਾ ਚਾਹੁੰਦਾ, ਕਿਹੜਾ ਅਕਾਲੀ ਸਾਰੇ, ਕਿਹੜੇ ਕਾਂਗਰਸ ਆ, ਕਿਹੜੀ ਆ। ਮੈਂ ਆਹ ਕਿਹਾ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਆ, ਮੈਂ ਉਹਨਾਂ ਦੇ ਪਰਿਵਾਰਾਂ ਕੋਈ ਉਹਦੇ ਉਹਨਾਂ ਦੇ ਅਫਸੋਸ ਕਰਨ ਵਾਸਤੇ ਗਿਆ ਸੀ, ਅਤੇ ਬਹੁਤ ਜ਼ਿਆਦਾ ਮੈਂ ਦੇਖਿਓ ਸਾਡੇ ਪਰਿਵਾਰ ਦੇ ਵਰਕਰ ਸੀ, ਮੈਂ ਆਹ ਕਿਹਾ ਸੀ। ਹੁਣ ਮੈਂ ਇਹਦੇ 'ਚ ਮੈਂ ਇਹ ਨਹੀਂ ਹੈ ਕਿ ਕਾਂਗਰਸੀ ਕਿਸਾਨ ਹੀ ਸ਼ਹੀਦ ਹੋਇਆ, ਆਹ ਲੜਾਈ ਕਿਸਾਨੀ ਦੀ ਹੈ, ਇਹਦੇ 'ਚ ਕੋਈ ਕ੍ਰੈਡਿਟ ਦੀ ਨਹੀਂ ਹੈ। ਯਾਰ ਮੈਂ ਇਹਦੇ 'ਚ ਮੈਂ ਕਹਿਣਾ ਪੈਣਾ ਨਹੀਂ ਚਾਹੁੰਦਾ, ਆਹ ਕਿਸਾਨ ਸਾਰੇ ਕਿਸਾਨ ਹੈ, ਮੈਂ ਵੀ ਕਿਸਾਨ ਹਾਂ, ਤੁਸੀਂ ਵੀ ਕਿਸਾਨ ਹੋ। ਨੋ ਲਿਸਨ, ਮੈਂ ਤੁਹਾਨੂੰ ਜਿਵੇਂ ਕਿਹਾ, ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਹੈ, ਓਕੇ, ਵਟ ਐਵਰ ਇਟ ਇਜ਼। ਆਹ ਜਿਹੜੀ ਮੂਵਮੈਂਟ ਚੱਲੀ ਹੈ ਸਾਰੀ, ਆਹ ਬਿਕਮ ਇਟ ਇਜ਼ ਅਬਵ ਪੋਲੀਟਿਕਸ। ਜੇ ਇਕੱਲਾ ਅਕਾਲੀ ਦਲ ਲੀਡ ਕਰਦਾ, ਫਿਰ ਸੈਂਟਰ ਸਰਕਾਰ ਨੂੰ BJP, ਯਾਰ ਇੱਕ ਮੇਰੀ ਗੱਲ, ਉਹਨਾਂ ਨੂੰ ਬੜਾ ਸੌਖਾ ਸੀ ਕਹਿਣਾ ਕਿ ਅੱਜ ਇੱਕ ਇਸ ਪਾਰਟੀ ਦੀ ਰੈਲੀ ਹੈਗੀ। ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਕਿ ਇਟ ਇਜ਼ ਅਬਵ ਪਾਰਟੀ ਲਾਈਨ, ਐਂਡ ਇਟ ਇਜ਼ ਅਬਵ ਪਾਰਟੀ ਲਾਈਨ, ਅਤੇ ਐਜ਼ ਇਸ ਕਿਸਾਨ ਮੂਵਮੈਂਟ ਇੱਥੇ ਕਾਂਗਰਸ ਦੇ, ਅਕਾਲੀ ਦਲ ਦੇ, BSP ਦੇ, ਮਤਲਬ ਆਮ ਆਦਮੀ ਪਾਰਟੀ ਦੇ, ਕੋਈ ਜਿਹੜੇ ਵੀ, ਇਟ ਇਜ਼ ਅਬਵ ਪਾਰਟੀ ਲਾਈਨ, ਇਟ ਇਜ਼ ਜਿਹੜੇ ਉੱਥੇ ਬੈਠੇ ਲੋਕ, ਇੱਕੋ ਟਰਾਲੀ ਸਾਰੇ ਬੈਠੇ ਆ, ਕਿਵੇਂ ਬੈਠੇ ਆ, ਜਿਹੜੇ ਪਿੰਡ 'ਚ ਇਕੱਠੇ ਨਹੀਂ ਬਹਿੰਦੇ ਉਹ ਉੱਥੇ ਟਰਾਲੀ 'ਚ ਬੈਠੇ ਆ, ਕਿਉਂਕਿ ਇਹ ਮੂਵਮੈਂਟ ਕਿਸਾਨੀ ਦੀ ਮੂਵਮੈਂਟ ਹੈ। ਅਤੇ ਮੈਂ ਵਧਾਈ ਦਿੰਦਾ ਜਥੇਬੰਦੀਆਂ ਨੂੰ, ਮੈਂ ਦਵਾਈ ਦਿੰਦਾ ਸਾਰੇ ਔਰਗਨਾਈਜ਼ ਸਾਰਿਆਂ ਨੂੰ ਕਿ ਆਹ ਮੂਵਮੈਂਟ ਬਹੁਤ ਵਧੀਆ ਤਰੀਕੇ ਨਾਲ ਕਿਸਾਨੀ ਦੀ ਚੱਲ ਰਹੀ ਹੈ। ਮੇਰੀ ਗੱਲ ਸੁਆ, ਨਾ ਇੱਕ ਸਾਡਾ ਕਿਤੇ ਨੈਗੇਟਿਵ ਰੋਲ ਨਹੀਂ ਰਿਹਾ। ਜੋ ਰੋਲ ਅੱਜ ਕਿਸਾਨ ਜਥੇਬੰਦੀਆਂ ਕਰ ਰਹੀਆਂ, ਕਿਸਾਨ ਜਥੇਬੰਦੀ, ਇੱਕ ਮਿੰਟ ਮੇਰੀ ਗੱਲ ਨਹੀਂ, ਮੇਰੀ ਨੋ, ਮੈਂ ਤੁਹਾਨੂੰ ਉਹਦੀ ਜਵਾਬ ਦੇ ਰਿਹਾ। ਮੇਰੀ ਗੱਲ ਮੈਨੂੰ ਜੇ ਜਵਾਬ ਦੇਣ ਦਿਓਗੇ ਤਾਂ ਫਿਰ 5 ਮਿੰਟ ਤੁਸੀਂ ਸੁਣ ਬ੍ਰੇਕ ਤਾਂ ਕਰਿਓ। ਅੱਜ ਕਿਸਾਨ ਜਥੇਬੰਦੀਆਂ ਕੀ ਕਰ ਰਹੀਆਂ? 8ਵੀਂ ਮੀਟਿੰਗ ਹੋ ਗਈ, ਮੀਟਿੰਗ ਕਿਹਦੇ ਨਾਲ ਕਰ ਰਿਹਾ? ਕੋਸ਼ਿਸ਼ ਕਰ ਰਿਹਾ ਕਿ ਹੱਲ ਨਿਕਲੇ। ਉਦੋਂ ਅਸੀਂ ਸੇਮ ਕੋਸ਼ਿਸ਼ ਕਰ ਰਹੇ ਸੀ ਕਿ ਹੱਲ ਨਿਕਲੇ। ਸਾਨੂੰ ਉੱਥੇ ਯਕੀਨ ਦਵਾਇਆ ਗਿਆ ਸੀ ਜਦੋਂ ਅਸੀਂ ਅਡਰੈਸ ਕੀਤਾ ਕਿ ਜੋ ਤੁਸੀਂ, ਅਸੀਂ ਉਦੋਂ ਓਬਜੈਕਟ ਕੀਤਾ ਸੀ ਜਦੋਂ ਆਰਡੀਨੈਂਸ ਆਏ, ਅਸੀਂ ਓਬਜੈਕਟ ਕੀਤਾ ਸੀ। ਹਰਸਿਮਰਤ ਬਾਦਲ ਨੇ ਅਤੇ ਮੈਂ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਵਿੱਚ ਅਸੀਂ ਕਿਹਾ ਕਿ ਸਾਰੇ ਮਿਨਿਸਟਰ ਬੈਠੇ ਆ, ਤੁਹਾਡੇ ਸਾਹਮਣੇ ਓਬਜੈਕਟ ਕੀਤਾ। ਜੇ ਅਸੀਂ ਫਲੋਰ ਆਫ ਦੇ ਹਾਊਸ
कोई गलत क्या होए तो गवर्नमेंट अपनी प्रिविलेज लिया सकती है। मैंने हूँ कंप्लीट कर लेंदो जी, प्रिविलेज लिया सकती है। असी ऑब्जेक्टिव सानू अश्योरेंस दिती कि जो तुसी कहोगे असी पूरा करांगे, जो कहोगे उहदे बाद असी अपनी जिम्मेवारी समझी कि आपां हल कराइए। मैं उदों लगातार जिन्नियां जथेबंदियां सारियां नाल मैं मीटिंग की, अगरां साहब नाल सारे जथेबंद मैं मीटिंग की, उन्हां दी की भावना कि एम एस पी यकीनी कराए, असी वापस जांदे सी क्योंकि असी उस टाइम हिस्सा सी, साडा एक्सेस सी उत्थे, असी उत्थे गए उन्हां दीआं भावना उन्हूं लै के जांदे, फिर उह कहिंदे उह फिर चिट्ठी लै के आउंदे, उह कहिंदे चिट्ठी नहीं सानूं आह चाहीदी है, सानूं आह ऑब्जेक्शन है, असी चलदे रहे। असी ब्रिज सी जिहड़ा साडा काम सी, पर जदों असी देखिया कि सेंटर सरकार नहीं मनूगी कुछ, असी समा सी असी कह नहीं हुण थोड़े नाल नहीं रह सकते क्योंकि थोड़ा तुसी साडे नाल विश्वासघात किया। जिहड़ी किसानां दी पार्टी लगातार 34 साल का रिश्ता, मैं कहूँ अज दसा जे कोई बहुत वड्डी, मैं कहना नहीं चाहुंदा कि तुसी कुर्बानी कहोगे या कुछ का नहीं, पर जो अकाली दल का फैसला लिया 34 साल का रिश्ता, असी एक मिनट लाया मिनिस्ट्री, लोग सरकारां बनाउण वास्ते कॉम्प्रोमाइज़ करते हैं, मिनिस्टर बन वास्ते कॉम्प्रोमाइज़ करते हैं, असी छड़ के आए हैं, नहीं तो कोई। मैं एक मिनट मेरी गल कंप्लीट कर लो। सो जिहड़ी गल मैं जिहड़ा कह रहा कि उस टाइम जो मैं याद है, मैं चंदूमारा साहब भूंदड़ साहब जो सवेरे पार्लीमेंट चैक्ट है, असी सवेरे नड्डा साहब बीजेपी प्रेजिडेंट तोमर साहब नड्डा साहब के घर गए, असी कहा जी जे तुसी अज असी आ भी कोशिश की कि एक्ट तुसी ना पास करो, तुसी पार्लीमेंट की सिलेक्ट कमेटी भेज दियो। मैं असी आ भी कहता उन्होंने कि जे तुसी फिर भी नहीं मनोगे फिर असी थोड़े च नहीं रह सकते, असी सवेरे कहता सी उन्होंने, पहले भी कहता सी, पर जो अखीर तक असी कोशिश की कि अज किसान भरावां नूं ठंड च बहन ना पे, अज इन्नियां जाना ना जान, असी साडी कोशिश साडा फर्ज सी कोशिश करना, पर जो नहीं किया सानूं, असी एक्ट लिया तो असी एक मिनट नहीं लाया असी जो एक्ट ते। मैं तुहानूं होर भी दसा, उस जो एक्ट पार्लीमेंट पास हो रहा सी, कांग्रेस ते आम आदमी पार्टी का रोल तुहानूं पता ही है कि उन्होंने उत्थे वोट उल्ट पाई, बिल्कुल नहीं पाई। उदों भी किसान जथेबंदी आई सवाल करदियां सी कि असी देखना चाहते हैं किहड़े बाइकआउट करते हैं, किहड़े वोट पाउंदे हक उल्ट पाउंदे है, जिहड़े बाई उन्होंने कहा सी कि जिहड़े बाइकआउट करनगे वह मन्ने नहीं जाणगे किसानां दे हमदर्द। कल्ले मैं ते हरसिमरत सी जिन्होंने वोट उल्ट पाई, इन्होंने क्यों नहीं उल्ट बाइकआउट क्यों किया, तुर क्यों गए? सो मेरा कहने का भाव है कि असी स्ट्रेट फॉरवर्ड सीधे लोग हैं, असी क्लेयर कट जो कहा असी उही करते हैं।